ਪਤਾ ਕਿੰਨੇ ਮੁੰਡੇ ਗਏ ਹੱਥ ਪੈਰ ਠਹਿਜ ਲਓ ਗਏ ਜੀ ਦੇਖੋ ਜੀ ਦੇਖੋ ਪਰ ਉਹਨਾਂ ਨੂੰ ਕਿਹਾ ਵੀ ਜਿਹੜਾ ਡਰੋਨ ਰਾਹੀਂ ਤੁਸੀਂ ਪੰਜਾਬ ਚ ਆ ਕੇ ਗੋਲੇ ਸੁੱਟੋ ਇਹ ਗਲਤ ਹੈ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ ਦੇ ਵਿੱਚ ਬੈਠੇ ਨੇ ਉਹ ਤਾਂ ਇੱਥੋਂ ਤੋਂ ਘੱਟੋ ਘੱਟ ਕਿਲੋਮੀਟਰ ਲੰਬਾ ਕਾਫਲਾ ਹੈ ਇਹ ਡਰੋਨਾਂ ਦੇ ਨਾਲ ਡੇਢ ਡੇਢ ਕਿਲੋਮੀਟਰ ਤੇ ਜਾ ਕੇ ਗੋਲੇ ਸੁੱਟਦੇ ਨੇ ਦੱਸੋ ਉਹਨਾਂ ਦਾ ਕੀ ਕਸੂਰ ਹੈ ਉਹ ਤਾਂ ਪਾਕਿਸਤਾਨ ਉਹ ਤਾਂ ਕਰ ਰਹੇ ਨਾ ਕੋਈ ਹੱਲਾ ਗੁੱਲਾ ਕਰ ਰਹੇ ਸਿਰਫ ਸ਼ਾਂਤੀ ਨਾਲ ਖੜੇ ਆ ਪਰ ਫਿਰ ਵੀ ਸੱਤੇ ਗੋਲੇ ਸੁੱਟ ਰਹੇ ਆ ਜਦੋਂ ਹੁਕਮ ਆ ਗਿਆ ਫਿਰ ਆ ਬੈਰੀਗੇਡ ਦਾ 10 ਮਿੰਟ ਨਹੀਂ ਟਿਕਣੇ ਸਾਡੇ ਅੱਗੇ ਪੁਲਿਸ ਬਲ ਯਹਾਂ ਪਰ ਆਤਾ ਹੁਆ ਦਿਖਾਈ ਦੇ ਰਹਾ ਹੈ ਆਪ ਬੈਠੋ ਆਰਾਮ ਸੇ ਆਪ ਰੋਕ ਰਹੇ ਹੋ ਠੀਕ ਹੈ ਮੇਰੀ ਬਾਤ ਸੁਣੋ ਬਜ਼ੁਰਗਾਂ ਨੂੰ ਦਿੱਕਤ ਆ ਸਾਨੂੰ ਕੋਈ ਦਿੱਕਤ ਨਹੀਂ ਜਮੇ ਕੀ ਵੀ ਦਿੱਕਤ ਹੈ ਇੱਧਰ ਲੋਕਾਂ ਨੂੰ ਇਹ ਨਹੀਂ ਕਰਨਾ ਪਾਉਂਦਾ ਮੇਰੀ ਗੱਲ ਨਹੀਂ ਦੇਖੋ ਮਾਰਾ ਕੋਈ ਇਰਾਦਾ ਨਹੀਂ ਆ ਜੋੜ ਰਿਹਾ ਹਾਂ ਕੋਲਾ ਕਾਲਾ ਮਾਰਾਂਗੇ ਜੀ ਫਿਰ ਹਰਕਤ ਮਾਵਾਂਗੇ ਆਪਾਂ ਪਤਾ ਕਿੰਨੇ ਮੁੰਡੇ ਗਏ ਹੱਥ ਪੈਰ ਠਹਿਜ ਲਓਗੇ ਜੀ ਆ ਬੈਠੋ ਆ ਦੇਖੋ ਜੀ ਆ ਦੇਖੋ ਤੁਹਾਡੀ ਨੌਕਰੀ ਨੂੰ ਬਰਕਰਾਰ ਰੱਖੋ ਕੱਪੜੇ ਤੱਕ ਫੂਕਦੇ ਲੋਕਾਂ ਦੇ ਇੱਕ ਮਿੰਟ ਸੁਣੋ ਹਾਂ ਸਰ ਮੇਰੀ ਗੱਲ ਸੁਣੋ ਇਹਨਾਂ ਨੇ ਜਵਾਬ ਲੈਣਾ ਹੈ ਕੱਪੜੇ ਇੱਕ ਮਿੰਟ ਕੱਲੇ ਵੀਰੇ ਬੰਦ ਕਰ ਲੈ ਕੋਈ ਬੰਦ ਕਰ ਸਰ ਮੀਡੀਆ ਚ ਨਹੀਂ ਮੀਡੀਆ ਦੇ ਅਸੀਂ ਕੋਈ ਬੋਲ ਨਹੀਂ ਚਲਾ ਜੀ ਇੱਧਰ ਆਏ ਨੇ ਫਿਰ ਕਰਿਓ ਸ਼ਾਂਤ ਰਹੇਗੀ ਸ਼ਾਂਤ ਦੇਖ ਸਕਦੇ ਹੈ ਕਿ ਡੀਐਸਪੀ ਆਏ ਥੇ ਮੌਕੇ ਪਰ ਵੀਰ ਜੀ ਕੀ ਕਹਿ ਕੇ ਗਏ ਨੇ ਤੁਹਾਨੂੰ ਉਹ ਤਾਂ ਕਹਿ ਗਏ ਹੁਣ ਅਸੀਂ ਵੀ ਗੋਲੇ ਨਹੀਂ ਗਿਰਦੇ ਮੈਂ ਸਾਡੇ ਬਜ਼ੁਰਗਾਂ ਦੇ ਡਿੱਗਦੇ ਆ ਗੋਲੇ ਕਰਕੇ ਮੈਂ ਸ਼ਾਂਤੀ ਰੱਖੋ ਤੁਸੀਂ ਬੈਠੋ ਸਾਡੀ ਵੀ ਡਿਊਟੀ ਆ ਵਧੀਆ ਗੱਲ ਕੀਤੀ ਪਰ ਉਹਨਾਂ ਨੂੰ ਕਿਹਾ ਵੀ ਜਿਹੜਾ ਡਰੋਨ ਰਾਹੀਂ ਤੁਸੀਂ ਪੰਜਾਬ ਚ ਆ ਕੇ ਗੋਲੇ ਸੁੱਟੋ ਇਹ ਗਲਤ ਹੈ ਇਹ ਨਾ ਸੁੱਟੋ ਅੱਗੇ ਟਰੈਲੀਆਂ ਖੜੀਆਂ ਬਜ਼ੁਰਗ ਬੈਠੇ ਨੇ ਵੀ ਇਹ ਕੰਮ ਨਾ ਕਰੋ ਤੁਸੀਂ ਉਹਨਾਂ ਦੀ ਰਿਕੁਐਸਟ ਕਰਕੇ ਗਏ ਨੇ ਕੁਝ ਹਾਂ ਜੀ ਇਹ ਕਹਿ ਕੇ ਗਏ ਵੀ ਸ਼ਾਂਤੀ ਨਾਲ ਬੈਠੋ ਅਸੀਂ ਗੋਲੇ ਨਹੀਂ ਗਿਰਦੇ ਅਸੀਂ ਵੀ ਰਿਕੁਐਸਟ ਕਰੀਏ ਉਹਨਾਂ ਨੂੰ ਰਿਕੁਐਸਟ ਕਰੀਏ ਕੱਲੀ ਉਹਨਾਂ ਨੇ ਨਹੀਂ ਕਰੀ ਹੈ ਹਾਂ ਹਮੇ ਵੀ ਕਿਹਾ ਤੁਸੀਂ ਵੀ ਕੋਈ ਮੰਗ ਰੱਖੀ ਹੈ ਵੀ ਜਿਹੜੇ ਆਸੂ ਕੇਸ ਦੇ ਗੋਲੇ ਬਜ਼ੁਰਗਾਂ ਦੇ ਉੱਤੇ ਸਿੱਟ ਡਰੋਨ ਗੇਰਾਂ ਪਿੱਛੇ ਗੱਲ ਪਤਾ ਕੀ ਹੈ ਜੀ ਜਿਹੜਾ ਤਾਂ ਮਤਲਬ ਉਰੇ ਖੜੇ ਨੇ ਉਹਨੇ ਚਲੋ ਕਹਿ ਬਹਾਨਾ ਲੈ ਕੇ ਸਿੱਟ ਸਕਦੇ ਨੇ ਬੈਰੀਗੇਟ ਦੇ ਕੋਲ ਆ ਗਏ ਪਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ ਦੇ ਵਿੱਚ ਬੈਠੇ ਨੇ ਉਹ ਤਾਂ ਇੱਥੋਂ ਤੋਂ ਘੱਟੋ ਘੱਟ ਕਿਲੋਮੀਟਰ ਲੰਬਾ ਕਾਫਲਾ ਹੈ ਇਹ ਡਰੋਨਾਂ ਦੇ ਨਾਲ ਡੇਢ ਡੇਢ ਕਿਲੋਮੀਟਰ ਤੇ ਜਾ ਕੇ ਗੋਲੇ ਸੁੱਟਦੇ ਨੇ ਦੱਸੋ ਉਹਨਾਂ ਦਾ ਕੀ ਕਸੂਰ ਹੈ ਉਹ ਤਾਂ ਬੈਰੀਗੇਟ ਦੇ ਕੋਲ ਵੀ ਨਹੀਂ ਆਏ ਸਿਰਫ ਬਹਾਨਾ ਲੈਂਦੇ ਨੇ ਸਾਨੂੰ ਸਾਡੇ ਦੇ ਗੋਲੇ ਸੁੱਟਣ ਦਾ ਸਾਨੂੰ ਭਜਾਉਣ ਦਾ ਹੋਰ ਕੋਈ ਗੱਲ ਨਹੀਂ ਹੈਗੀ ਜੀ ਜੇ ਗੋਲਾ ਸੁੱਟਣਾ ਇੱਥੇ ਸੁੱਟੋ ਇੱਥੇ ਖੜੇ ਬਾਕੀ ਸਾਡੇ ਅਸੀਂ ਪਹਿਲਾਂ ਵੀ ਕਿਹਾ ਫਿਰ ਕਹਿ ਰਹੇ ਹਾਂ ਅੱਗੇ ਜਾਵਾਂਗੇ ਜ਼ਰੂਰ ਜਾਵਾਂਗੇ ਸਾਡੇ ਆਗੂ ਸਮਾਨ ਦੀ ਮੀਟਿੰਗ ਚੱਲ ਰਹੀ ਹੈ ਜਿੱਥੇ ਉਹਨਾਂ ਦਾ ਇੱਕ ਫੈਸਲਾ ਆ ਗਿਆ ਫਿਰ ਅਸੀਂ ਸਾਡੇ ਗਸੀ ਗੋਲੇ ਦੇ ਡਰਨਾ ਨਹੀਂ ਪਰ ਹੁਣ ਅਸੀਂ ਕੁਛ ਨਹੀਂ ਕਰ ਰਹੇ ਨਾ ਕੋਈ ਹੱਲਾ ਗੁੱਲਾ ਕਰ ਰਹੇ ਹਾਂ ਸਿਰਫ ਸ਼ਾਂਤੀ ਨਾਲ ਖੜੇ ਹਾਂ ਪਰ ਫਿਰ ਵੀ ਸੱਤੇ ਗੋਲੇ ਸੁੱਟ ਰਹੇ ਹਾਂ ਜਦੋਂ ਹੁਕਮ ਆ ਗਿਆ ਫਿਰ ਆ ਬੈਰੀਗੇਡ ਦਾ 10 ਮਿੰਟ ਨਹੀਂ ਟਿਕਣੇ ਸਾਡੇ ਅੱਗੇ ਜਿਵੇਂ ਇੰਨੀ ਪੁਲਿਸ ਖੜੀ ਹੈਗੀ ਹੈ ਨੁਕਸਾਨ ਵੀ ਹੋ ਸਕਦਾ ਹੈ ਹੋਰ ਵੀ ਲੋਕ ਨੇ ਤੁਹਾਡੇ ਨਾਲ ਤੁਸੀਂ ਤਾਂ ਚਲੋ ਕਹਿਤਾ ਵੀ ਅਸੀਂ ਅੱਗੇ ਵਧਣਾ ਹੈ ਜਿਹੜੇ ਹੋਰ ਨਾਲ ਅਸਲ 'ਚ ਗੱਲ ਪਤਾ ਕੀ ਹੈ ਜੀ ਨੁਕਸਾਨ ਤਾਂ ਦੇਖੋ ਅਸੀਂ ਪੰਜਾਬ ਦੇ ਵਿੱਚ ਖੜੇ ਹਾਂ ਹਰਿਆਣਾ ਸਾਡਾ ਛੋਟਾ ਭਾਈ ਹੈ ਇੱਧਰ ਪੰਜਾਬ ਬੜਾ ਭਾਈ ਆ ਛੋਟਾ ਭਾਈ ਆ ਅਸੀਂ ਆਪਣੇ ਭਾਈਚਾਰਕ ਸਾਂਝ ਆ ਸਾਡੀ ਅਸੀਂ ਹਰਿਆਣੇ ਦੇ ਵਿੱਚ ਐਂਟਰ ਹੋਣਾ ਦਿੱਲੀ ਜਾਣਾ ਇੱਕ ਪਰਿਵਾਰ ਦਾ ਇੱਕ ਮੋਢੀ ਹੁੰਦਾ ਦਿੱਲੀ ਸਾਡੀ ਕੇਂਦਰ ਸਰਕਾਰ ਬੈਠੀ ਹੈ ਅਸੀਂ ਉਹਦੀ ਪਰਜ ਹਾਂ ਜੇ ਸਾਨੂੰ ਕੋਈ ਤਕਲੀਫ ਆਉਂਦੀ ਹੈ ਅਸੀਂ ਉਹਦੇ ਕੋਲ ਜਾਣਾ ਚਾਹੁੰਦੇ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਸਾਡੀਆਂ ਆਹ ਮਜਬੂਰੀਆਂ ਸਾਡੀਆਂ ਆਹ ਮੰਗਾਂ ਨੇ ਪਰ ਕੀ ਗੱਲ ਅਸੀਂ ਭਾਰਤ ਦੇ ਵਾਸੀ ਨਹੀਂ ਹੈਗੇ ਕੀ ਗੱਲ ਅਸੀਂ ਉੱਥੇ ਜਾ ਨਹੀਂ ਸਕਦੇ ਕਿ ਸਾਡੇ ਬਾਅਦ ਤਾਂ ਇੰਨੀ ਬੈਰੀਗੇਡਿੰਗ ਤਾਂ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੈਗੀ ਜਿੰਨੀ ਇੱਥੇ ਬੈਰੀਗੇਡਿੰਗ ਲਾਦੀ ਦੱਸੋ ਸਾਡਾ ਆਹੀ ਕਸੂਰ ਹੈ ਅਸੀਂ ਸਾਡਾ ਆਹੀ ਕਸੂਰ ਹੋ ਗਿਆ ਅਸੀਂ ਭਾਰਤ ਦੇ ਵਾਸੀ ਹਾਂ ਭਾਰਤ ਦੇ ਵਿੱਚ ਸਾਡੀ ਡੈਮੋਕ੍ਰੇਟਿਕ ਕੰਟਰੀ ਹੈ ਸਾਨੂੰ ਅਧਿਕਾਰ ਹੈ ਪ੍ਰਦਰਸ਼ਨ ਕਰਨ ਦਾ ਪਰ ਆਹ ਅਧਿਕਾਰ ਦੀਆਂ ਪੂਰੇ ਸੰਵਿਧਾਨ ਦੀਆਂ ਧੱਜੀਆਂ ਕੇਂਦਰ ਸਰਕਾਰ ਉਡਾ ਰਹੀ ਹੈ।
ਪਹਿਲਾਂ ਵੀ ਜਾ ਕੇ ਆਏ ਹਮੇ ਕੁਛ ਕਰੇ ਉੱਥੇ ਜਾ ਕੇ ਧਰਨਾ ਲਾ ਕੇ ਜਦ ਮਾਰੀ ਮੰਗਾਂ ਪੂਰੀ ਹੋ ਗਈ ਹਮੇ ਆ ਗਏ ਹਮੇ ਕਿਸੇ ਨਹੀਂ ਰਹਿ ਗਿਆ ਤਾਂ ਜਾ ਰਹੇ ਹਾਂ ਤਾਂ ਜਾ ਰਹੇ ਹੈ ਸਾਡੇ 750 ਕਿਸਾਨਾਂ ਦੀ ਫਿਰ ਵੀ ਮੌਤ ਹੋ ਗਈ ਨਹੀਂ ਫਿਰ ਇਹਨਾਂ ਨੇ ਸਮਝਿਆ ਮੌਤ ਇਹਨਾਂ ਨੇ ਕਰੀ ਹੈ ਹਾਂ ਨਹੀਂ ਜ਼ਿੰਮੇਵਾਰ ਹੈ ਅਸਲ 'ਚ ਹਮੇ ਤਾਂ ਸ਼ਾਂਤਮਈ ਤਰੀਕੇ ਨਾਲ ਗਏ ਤੇ ਆ ਗਏ ਆਪਣਾ ਇਹ ਦੁਬਾਰਾ ਫਿਰ ਜਾਊਂਗੇ ਸ਼ਾਂਤਮਈ ਤਰੀਕੇ ਨਾਲ ਬੈਠੂਗੇ ਆ ਜਾਊਂਗੇ ਸਾਡਾ ਕੋਈ ਸ਼ੌਂਕ ਨੀ ਹੈਗਾ ਸਾਡੇ ਵੀ ਬਾਲ ਬੱਚੇ ਆ ਅਸੀਂ ਵੀ ਪਰਿਵਾਰਾਂ ਵਾਲੇ ਆ ਪਰ ਸਾਡੀ ਮਜਬੂਰੀ ਬਣਦੀ ਆ ਸਾਡੀ ਕਣਕ ਦਾ ਰੇਟ 3200-3400 ਰੁਪਇਆ ਬੈਠਦਾ ਸੀ ਆਪਣੀ ਦਿਹਾੜੀ ਲਾਈਏ ਠੀਕ ਗੱਲ ਹਰ ਇੱਕ ਬੰਦਾ ਕੋਈ ਕੰਮ ਕਰਦਾ ਆਪਣਾ ਖੇਤਾਂ ਕਰਦਾ ਉੱਤੇ ਉੱਠਣ ਵਾਸਤੇ ਕਰਦਾ ਪਰ ਇੱਕ ਜ਼ਿਮੀਂਦਾਰ ਹੈ ਜਿਹੜਾ ਦਿਨੋਂ ਦਿਨ ਮਰਦਾ ਜਾਂਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣਾ ਤੁਸੀਂ ਦੇਖੋ ਆਪਾਂ ਕੋਈ ਵੀ ਫੈਕਟਰੀ ਲਾਉਂਦੇ ਹਾਂ ਆਪਾਂ ਛੋਟੇ ਕੋਈ ਵਪਾਰ ਕਰਦੇ ਆਪਾਂ 60,000 ਇਨਵੈਸਟਮੈਂਟ ਕਰਦੇ ਹਾਂ ਆਪਾਂ ਆਪਾਂ 70,000 ਰੁਪਇਆ ਪ੍ਰੋਫਿਟ ਹੋ ਜਾਂਦਾ 10,000 ਰੁਪਇਆ ਪ੍ਰੋਫਿਟ ਹੋ ਗਿਆ 60 ਇਨਵੈਸਟ ਕੀਤਾ ਆਪਣੀ 70 ਦਾ ਕੰਮ ਆਪਾਂ ਕਰਦਾ 10 ਇਨਵੈਸਟ ਪਰ ਖੇਤੀ ਅਸੀਂ ਇੱਕ ਦਾਣਾ ਬੀਜਦੇ ਉਹਦੇ ਵਿੱਚੋਂ 4-4 ਡੰਡੇ ਨਿਕਲਦੇ ਨੇ ਫਿਰ ਇੱਕ ਇੱਕ ਬਲ ਦੇ ਵਿੱਚ 70-70 ਦਾਣੇ ਨੇ ਸਾਡੀ ਖੇਤੀ ਸਾਨੂੰ ਇੰਨਾ ਗੁਣਾ ਦਿੰਦੀ ਹੈ ਪਰ ਸਰਕਾਰਾਂ ਨੇ ਸਾਨੂੰ ਫਿਰ ਘਸਾਇਆ ਪਿਆ ਜੀ ਸਾਡੀ ਇਹੀ ਜਿਹੀ ਫੈਕਟਰੀ ਸਾਨੂੰ ਕਈ ਗੁਣਾ ਮੁਨਾਫਾ ਦਿੰਦੀ ਹੈ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਨੇ ਗੱਲਾਂ ਸਾਡੇ 'ਤੇ ਲਿਮਟਾਂ ਚੜਵਾ ਦਿੱਤੀਆਂ ਤੁਸੀਂ ਕਿਸੇ ਨੂੰ 10,000 ਰੁਪਇਆ ਧਾਰਾ ਦੇ ਦਿਓ ਦੁਬਾਰਾ ਤੁਹਾਨੂੰ ਕੋਈ ਕਹਿ ਜੂਗਾ ਮੈਂ ਤਾਂ ਤੁਸੀਂ 10,000 ਉਹਦਾ ਮੋੜੋ ਨਾ ਤੁਸੀਂ ਦੁਬਾਰਾ ਦੇ ਦੂੰਗੇ ਕੋਈ ਨਹੀਂ ਦਿੰਦਾ ਪਰ ਬੈਂਕ ਵਾਰ ਵਾਰ ਕਹਿੰਦੇ ਨੇ 7-3 ਲੱਖ ਦੀ ਲਿਮਟ ਮੁੜਦੀ ਨਹੀਂ ਵੀ ਆ ਜਾਓ ਤੁਹਾਡੀ ਲਿਮਟ ਬੜੀ ਕਰਦੀ ਹੈ ਕਿਉਂ ਜੀ ਇਹ ਸਾਡੀਆਂ ਜ਼ਮੀਨਾਂ ਖੋਣ ਦੀਆਂ ਸਾਜ਼ਿਸ਼ ਹੈ ਪਰ ਅੱਜ ਦਾ ਕਿਸਾਨ ਪੂਰਾ ਜਾਗਰੂਕ ਹੈ ਅਤੇ ਜਾਗਰੂਕ ਰਹੂਗਾ ਅਤੇ ਜਿਹੜੀਆਂ ਸਾਡੀਆਂ ਮੰਗਾਂ ਨੇ MSP ਗਰੰਟੀ ਕਾਨੂੰਨ ਹੈ ਹੁਣ ਇੱਕ ਕੋਲਗੇਟ ਹੈ ਇੱਕ ਕੋਲਗੇਟ 10 ਰੁਪਏ ਦਾ ਹੈਗਾ ਨਾ ਕੰਪਨੀ ਮਨਾਉਂਦੀ ਹੈ ਉਹ 10 ਦਾ ਹੀ ਵਿਕਦਾ ਕਿਤੇ 11 ਦੇ ਵਿਕਦਾ ਕਿਤੇ 12 ਦੇ ਵਿਕਦਾ ਯਾਰ ਸਾਡੀ ਫਸਲ ਹੈ ਸਾਡੀ ਫਸਲ ਦਾ ਕੋਈ ਮੁੱਲ ਹੈ ਨਹੀਂ ਸਾਡੀ ਫਸਲ ਨੂੰ ਵੀ ਤਾਂ ਸਿਕਿਉਰਿਟੀ ਚਾਹੀਦੀ ਹੈ ਵੀ ਤੁਹਾਡੀ ਫਸਲ ਇੰਨੇ ਦੀ ਵਿਕੂਗੀ ਸਰਕਾਰ ਚੱਕੂਗੀ ਸਾਡੀ ਕੀ ਨਾਮ ਹੈ ਵੀਰ ਜੀ ਤੁਹਾਡਾ ਕਿੱਥੋਂ ਹੈ ਤੁਸੀਂ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚੋਂ ਆਏ ਦੇਖਾ ਕਿ ਇਕਬਾਲ ਸਿੰਘ ਹੈ ਉਹਨਾਂ ਨੇ ਬਹੁਤ ਅੱਛੇ ਤਰੀਕੇ ਸੇ ਸੰਯਮ ਭਰੇ ਲਹਿਜੇ ਮੇ ਆਪਣੀ ਬਾਤ ਕੋ ਰੱਖਾ ਔਰ ਇਹ ਵੀ ਕਹਾ ਕਿ ਹਮਾਰੇ ਜੋ ਬਜ਼ੁਰਗ ਹੈ ਉਨਕੇ ਉੱਪਰ ਕਮ ਸੇ ਕਮ ਕਿਸੀ ਤਰ੍ਹਾਂ ਕੇ ਜੋ ਗੋਲੇ ਹੈ ਵੋ ਨਾ ਦਾਗੇ ਜਾਏ ਅਗਰ ਹਮ ਬਾਰਡਰ ਕ੍ਰੋਸ ਕਰਤੇ ਹੈ ਤੋ ਹਮਾਰੇ ਉੱਪਰ ਜ਼ਰੂਰ ਕਾਰਵਾਈ ਕਰੇ ਲੇਕਿਨ ਹਮਾਰੇ ਜੋ ਬਜ਼ੁਰਗ ਪਿੱਛੇ 1-1 ਕਿਲੋਮੀਟਰ ਦੂਰ ਹੈ ਉਨਕੇ ਉੱਪਰ ਕਿਸੀ ਤਰ੍ਹਾਂ ਕੀ ਜੋ ਕਾਰਵਾਈ ਹੈ ਵੋ ਅਪੀਲ ਜੋ ਵੀ ਲੋਕ ਇਸ ਵੀਡੀਓ ਕੋ ਦੇਖ ਰਹੇ ਸੇ ਸਾਥ ਕੇ ਸਾਥ ਜ਼ਰੂਰ ਸ਼ੇਅਰ ਕਰੇ ਸ਼ੰਭੂ ਬਾਰਡਰ ਸੇ ਇਹ ਲਾਈਵ ਤਸਵੀਰ ਇਸ ਸਮੇਂ ਬੜੀ ਸੰਖਿਆ ਮੇ ਜੋ ਕਿਸਾਨ ਹੈ ਵੋ ਜੁਟਤੇ ਹੋਏ ਨਜ਼ਰ ਆ ਰਹੇ ਹਨ ਦੂਸਰੀ ਤਰਫ ਹਰਿਆਣਾ ਪੁਲਿਸ ਕੀ ਤਰਫ ਸੇ ਇੱਕ DSP ਆਏ ਥੇ ਮੌਕੇ ਪਰ ਉਹਨਾਂ ਨੇ ਕਿਹਾ ਕਿ ਆਪ ਸ਼ਾਂਤੀ ਪੂਰਵਕ ਤਰੀਕੇ ਸੇ ਆਪਣਾ ਪ੍ਰਦਰਸ਼ਨ ਕਰੇ ਯਹੀਂ ਪਰ ਰੁਕ ਜਾਏ ਸ਼ਾਂਤੀ ਬਣਾਏ ਰੱਖੇ ਹਮਾਰੀ ਤਰਫ ਸੇ ਗੋਲੇ ਨਹੀਂ ਦਾਗੇ ਜਾਏਂਗੇ ਮੇਰੀ ਆਪ ਸਭੀ ਸੇ ਅਪੀਲ ਇਸ ਵੀਡੀਓ ਕੋ ਦੇਖੇ ਵੀ ਇਸੇ ਸ਼ੇਅਰ ਵੀ ਕਰੇ ਆਪ ਦੇਖ ਰਹੇ ਹੈ B24 ਮੈਂ ਹੂੰ ਆਕਰਸ਼ਨ ਉਪਲ ਸ਼ੰਭੂ ਬਾਰਡਰ ਸੇ ਆਪ ਸਭੀ ਕੇ ਸਾਥ ਲਾਈਵ ਦੇਣੇ ਅਬ ਯਹਾਂ ਤੱਕ ਆ ਹੀ ਗਏ ਹੈ ਤੋ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ ਔਰ ਨੀਚੇ ਦੀਏ ਗਏ ਬੈਲ ਆਈਕਨ ਕੋ ਜ਼ਰੂਰ ਦਬਾਏ ਤਾਂ ਕਿ ਹਰ ਖਬਰ ਸਭ ਸੇ ਪਹਿਲੇ ਪਹੁੰਚੇ ਆਪ ਤੱਕ